ਕੀ ਨਾਮ ਮੈਡਮ ਤੁਹਾਡਾ? ਮੇਰਾ ਨਾਮ ਪਰਮਜੀਤ ਕੌਰ। ਪਰਮਜੀਤ ਕੌਰ, ਡੇਰਾ ਬਾਬਾ ਨਾਨਕ ਦੇ ਹੋ ਤੁਸੀਂ? ਹਾਂਜੀ। ਇਹ ਡੇਰਾ ਬਾਬਾ ਨਾਨਕ ਤਾਂ ਸਾਡਾ ਬੜਾ ਮਸ਼ਹੂਰ ਹੋ ਗਿਆ ਇੰਟਰਨੈਸ਼ਨਲ ਲੈਵਲ ਤੇ। ਬਹੁਤ ਵਧੀਆ ਹੋ ਗਿਆ ਕਿ? ਹਾਂਜੀ ਹਾਂਜੀ। ਕੀ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਕੀ ਵਿਚਾਰ ਹੈਗਾ ਪਹਿਲਾਂ ਦੱਸੋ? ਕੋਰੀਡੋਰ ਬਹੁਤ ਚੰਗਾ ਬਣਿਆ ਵਾ। ਹਾਂਜੀ, ਅੱਗੇ ਨੂੰ ਬਹੁਤ ਸਹੂਲਤਾਂ ਹੋ ਗਈਆਂ ਹੈ। ਹਾਂਜੀ ਹਾਂਜੀ, ਵਧੀਆ ਬਣ ਗਿਆ। ਕਰਤਾਰ ਸਾਹਿਬ ਦੇ ਦਰਸ਼ਨ ਹੋਣਗੇ, ਡਿਵੈਲਪਮੈਂਟ ਵੀ ਸੋਹਣੀ ਹੋ ਜਾਏਗੀ। ਹਾਂਜੀ, ਬਹੁਤ ਸੋਹਣੀ ਹੈ ਜੀ। ਕੀ ਆਪ ਤੁਸੀਂ ਕੀ ਕੰਮ ਕਰਦੇ ਹੋ? ਅਸੀਂ ਹਲਵਾਈ ਦੀਆਂ ਦੁਕਾਨਾਂ ਜੀ ਸਾਡੀਆਂ। ਹਲਵਾਈ ਦੀਆਂ ਦੁਕਾਨਾਂ? ਹਾਂਜੀ। ਕੀ ਕੀ ਬਣਾਉਂਦੇ ਆ ਪਹਿਲਾਂ ਦੱਸੋ? ਅਸੀਂ ਮਠਿਆਈਆਂ ਬਣਾਉਂਦੇ ਜੀ। ਅੱਛਾ। ਸਮੋਸੇ ਬਣਾਉਂਦੇ ਜੀ, ਮਟਰ ਬਣਾਉਂਦੇ ਜੀ, ਚਾਹ ਦੀ ਦੁਕਾਨ ਜੀ ਸਾਡੀ। ਵਾਹ ਵਾਹ ਵਾਹ, ਇਹ ਤਾਂ ਲੋਕਾਂ ਨੂੰ ਤੁਸੀਂ ਫਿਰ ਵਧੀਆ ਚੀਜ਼ਾਂ ਖਿਲਾਉਂਦੇ ਸਾਰੀਆਂ। ਹੈ ਕਰਤਾਰਪੁਰ ਕੋਰੀਡੋਰ ਬਾਰੇ, ਲਾਂਘੇ ਬਾਰੇ ਕੀ ਵਿਚਾਰ ਹੈ ਤੁਹਾਡੇ? ਬਹੁਤ ਵਧੀਆ, ਮਹਾਰਾਜ ਦਾ ਦਰਸ਼ਨ ਹੋਣਗੇ ਜੀ। ਅੱਛਾ, ਪਾਸਪੋਰਟ ਬਣਿਆ ਕਿ ਨਹੀਂ? ਨਹੀਂ ਹਜੇ ਨਹੀਂ ਜੀ। ਹੁਣ ਬਣਾਓ ਫਿਰ, ਜਾਓ ਦਰਸ਼ਨ ਕਰੋ। ਹੈ, ਜ਼ਰੂਰ ਜੀ। ਮਿਹਰਬਾਨੀ ਮਿਹਰਬਾਨੀ। ਹਾਂਜੀ, ਕੀ ਨਾਮ ਮੈਡਮ ਤੁਹਾਡਾ? ਮਨਜੀਤ ਕੌਰ। ਅੱਛਾ, ਕਿੱਥੋਂ ਰਹਿੰਦੇ ਹੋ ਤੁਸੀਂ? ਅੰਮ੍ਰਿਤਸਰ। ਅੰਮ੍ਰਿਤਸਰ, ਕੀ ਕੰਮ ਕਰਦੇ ਹੋ? ਬਸ ਕਰਦਾ ਜੀ। ਕਰਦਾ ਜੀ, ਕਰਦਾ ਹੀ ਬੜਾ ਇੰਪੋਰਟੈਂਟ ਕੰਮ ਹੁੰਦਾ ਹੈਗਾ। ਕੀ ਕੰਮ ਤੇ ਫਿਰ ਆਪਾਂ ਚੱਲ ਜੰਨੇ ਆ ਦਰਬਾਰ ਸਾਹਿਬ। ਕੀ ਹਸਬੰਡ ਕੀ ਕਰਦੇ ਤੁਹਾਡੇ? ਚੰਗਾ ਲੱਗਿਆ, ਬਹੁਤ ਹੀ ਮਨ ਜਿਹੜਾ ਬਹੁਤ ਹੀ ਖੁਸ਼ ਹੋ ਗਿਆ ਸਾਡਾ। ਬਹੁਤ ਅੱਛੀ ਗੱਲ। ਕਿੰਨੀ ਦੇਰ ਬਾਅਦ ਇੱਧਰ ਆਏ ਹੋ ਡੇਰਾ ਬਾਬਾ? ਪਹਿਲੀ ਵਾਰੀ ਆਏ ਹੋ? ਅੱਛਾ, ਬਹੁਤ ਹੀ ਮਨ ਖੁਸ਼ ਹੋਇਆ। ਹੁਣ ਦੂਰਬੀਨ ਨਾਲ ਦਰਸ਼ਨ ਕੀਤੇ ਆ ਤੁਸੀਂ? ਨਹੀਂ, ਨਜ਼ਰ ਨਹੀਂ ਸੀ ਕੁਛ ਆ ਰਿਹਾ। ਅੱਛਾ, ਨਜ਼ਰ ਥੋੜਾ ਇਸ ਵੇਲੇ ਸ਼ਾਮ ਹੋ ਗਈ। ਮਾਣੇ ਆਪਖਿਆ ਨੂੰ ਥੋੜੀ ਜਿਹੀ ਨਜ਼ਰ ਵਿੱਚ ਆਇਆ ਹੈ ਕਿ ਅਸਲੀਤ ਵਿੱਚ ਅਸੀਂ ਦਰਸ਼ਨ ਕਰ ਸਕੇ। ਚਲੋ, ਹੁਣ ਤਾਂ ਤੁਸੀਂ 9-10 ਦਿਨਾਂ ਬਾਅਦ ਪ੍ਰਤੱਖ ਦਰਸ਼ਨ ਕਰ ਸਕੋਗੇ। ਪਾਸਪੋਰਟ ਬਣਿਆ ਕਿ ਨਹੀਂ? ਨਹੀਂ ਕੁਛ। ਪਾਸਪੋਰਟ ਬਣਾਓ ਹੁਣ ਫੈਮਿਲੀ ਸਮੇਤ। ਹਾਂਜੀ ਹਾਂਜੀ। ਅੱਛਾ, ਹਿੰਦੁਸਤਾਨ ਤੇ ਪਾਕਿਸਤਾਨ ਦੇ ਲੋਕਾਂ ਨੂੰ ਕੁਛ ਜਾਂਦੇ ਜਾਂਦੇ ਸੁਨੇਹਾ ਵੀ ਦਿਓ, ਦੋਸਤੀ ਹੋ ਜਾਵੇ ਦੋਨਾਂ ਦੀ। ਬਹੁਤ ਹੀ ਵਧੀਆ ਚਾਹੀਦਾ ਕਿ ਪਿਆਰ ਹੋਵੇ ਦੋਵਾਂ ਦੇਸ਼ਾਂ ਵਿੱਚ। ਹਾਂਜੀ ਹਾਂਜੀ। ਮਾਣ ਵਧੇ, ਉਹਨਾਂ ਦਾ ਵੀ ਵਧੇ, ਸਾਡਾ ਵੀ ਵਧੇ। ਹਾਂਜੀ, ਸਾਨੂੰ ਖੁਸ਼ੀ ਹੋਵੇ, ਸਾਡੇ ਮਾਲਕ ਨੂੰ ਵੀ ਖੁਸ਼ੀ ਹੋਵੇ। ਅੰਮ੍ਰਿਤਸਰ ਦਰਬਾਰ ਸਾਹਿਬ ਆ, ਅੰਮ੍ਰਿਤਸਰ ਦੇ ਲੋਕਾਂ ਨੂੰ ਕਿੰਨਾ ਕੁ ਉਤਸ਼ਾਹ ਹੈਗਾ ਕਰਤਾਰਪੁਰ? ਬਹੁਤ ਹੀ ਜੀ, ਜਿਸ ਦਿਨ ਇਹ ਲਾਂਘਾ ਖੁੱਲੇਗਾ ਕੋਈ ਪਤਾ ਨਹੀਂ ਲੱਗੇਗਾ ਕਿ ਸੰਗਤਾਂ ਕਿੱਧਰੋਂ ਕਿੱਧਰੋਂ ਆ ਰਹੀ ਹੈ। ਬਹੁਤ ਬਹੁਤ ਅੱਛੀ ਗੱਲ, ਮਿਹਰਬਾਨੀ, ਧੰਨਵਾਦ। ਆਪਣਾ? ਭਿੰਦਰ ਕੌਰ। ਅੱਛਾ, ਕਿੱਥੋਂ ਆਏ ਤੁਸੀਂ? ਅਸੀਂ ਇੰਗਲੈਂਡ ਤੋਂ। ਓ ਵਾਹ ਵਾਹ, ਬੜੀ ਦੂਰੋਂ ਆਏ ਹੋ ਇੰਗਲੈਂਡ ਤੋਂ। ਕਿੰਨੀ ਦੇਰ ਬਾਅਦ ਆਏ ਹੋ ਇੰਗਲੈਂਡ ਤੋਂ? 2 ਸਾਲ। 2 ਸਾਲ, ਅੱਜ ਇੱਧਰ ਕਿਵੇਂ ਆਏ ਡੇਰਾ ਬਾਬਾ ਨਾਨਕ? ਦੇਖਣ ਆਏ ਹਾਂ। ਦੇਖਣ? ਵੈਰੀ ਗੁੱਡ ਵੈਰੀ ਗੁੱਡ। ਅੱਛਾ, ਕੀ ਕੋਰੀਡੋਰ ਬਾਰੇ ਕੀ ਤੁਹਾਡਾ ਵਿਚਾਰ ਆ? ਦੂਸਰੀ ਵਾਰੀ, ਪਹਿਲਾਂ ਕਦੋਂ ਗਏ ਸੀ? 2 ਸਾਲ। ਅੱਛਾ, ਉਧਰੋਂ ਇੰਗਲੈਂਡ ਤੋਂ ਸਿੱਧੇ ਗਏ ਹੋਣੇ ਹੈਗੇ? ਨਹੀਂ ਜੀ, ਇੱਥੋਂ ਹੋ ਕੇ। ਅੱਛਾ ਅੱਛਾ, ਵਾਗਾ ਬਾਰਡਰ ਰਾਹੀਂ? ਅੱਛਾ, ਇਸ ਵਾਰੀ ਵੀ ਜਾਓਗੇ? ਹਾਂਜੀ। ਅੱਛਾ, ਕਿੰਨੇ ਜਾਣੇ ਜਾ ਰਹੇ ਹੋ? ਮਨ ਬਹੁਤ ਜਿਆਦਾ ਖੁਸ਼ ਹੈ। ਮੈਂ ਪਹਿਲਾਂ ਵੀ ਜਦੋਂ ਇੱਥੇ ਡੇਰਾ ਬਾਬਾ ਨਾਨਕ ਆਉਂਦੀ ਹੁੰਦੀ ਸੀ ਤਾਂ ਕੁਝ ਸੰਗਤਾਂ ਜਿਹੜੀਆਂ ਹੈਗੀਆਂ ਨੇਗੀਆਂ
ਉਹ ਇੱਕ ਬੈਨਰ ਚੱਕ ਕੇ ਤਾਂ ਉਹਦੇ ਤੇ ਲਿਖਿਆ ਹੁੰਦਾ ਸੀ ਕਿ ਲਾਂਘਾ ਖੁੱਲਣ ਲਈ ਅਰਦਾਸ ਜਿਹੜੀ ਹਾਂ ਅਰਦਾਸ ਬੜਾਲਾ ਸਾਹਿਬ ਕਰਦੇ ਸੀ ਕੁਲਦੀਪ ਸਿੰਘ ਬੜਾਲਾ ਅਰਦਾਸ ਕਰਦੇ ਹੁੰਦੇ ਸੀ ਤੇ ਉਸ ਟਾਈਮ ਮਨ ਚ ਆਉਂਦਾ ਹੁੰਦਾ ਸੀਗਾ ਇਹ ਕਿਥੋਂ ਵੀ ਅਕਾਲ ਪੁਰਖ ਦੀ ਅਰਦਾਸ ਸੁਣੇਗਾ ਸੰਗਤਾਂ ਦੇ ਜਿਹੜੀ ਸੰਗਤਾਂ ਅਰਦਾਸ ਕਰਦੀਆਂ ਹੈਗੀਆਂ ਨੇ ਹਾਂਜੀ ਹਾਂਜੀ ਤੇ ਅੱਜ ਬੜੀ ਖੁਸ਼ੀ ਹੁੰਦੀ ਆ ਇੰਜ ਲੱਗਦਾ ਕਿ ਉਹਨਾਂ ਸੰਗਤਾਂ ਦੀ ਜਿਹੜੀ ਅਰਦਾਸ ਹੈਗੀ ਆ ਉਹ ਅਕਾਲ ਪੁਰਖ ਨੇ ਸੁਣ ਲਈ ਹੈਗੀ ਆ ਔਰ ਸੰਗਤਾਂ ਜਿਹੜੀਆਂ ਹੈਗੀਆਂ ਨੇਗੀਆਂ ਉਹ ਅੱਜ 9 ਤਰੀਕ ਨੂੰ ਜਿਹੜੀਆਂ ਹੈਗੀਆਂ ਨੇਗੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੀਆਂ 9 ਤਰੀਕ ਨੂੰ ਅਸੀਂ ਫੇਰ ਆਵਾਂਗੇ ਬੇਸ਼ੱਕ ਅਸੀਂ ਉਹਨਾਂ ਸੰਗਤਾਂ ਦੇ ਨਾਲ ਨਹੀਂ ਜਾ ਰਹੇ ਪਰ ਉਹਨਾਂ ਸੰਗਤਾਂ ਦੇ ਦਰਸ਼ਨ ਕਰਨੇ ਉਹੀ ਸਾਡੇ ਵਿਭਾਗ ਹੋਣਗੇ ਰਜਿਸਟ੍ਰੇਸ਼ਨ ਕਰਾਓ ਹੁਣ ਤੁਸੀਂ ਪਾਸਪੋਰਟ ਬਣਿਆ ਕਿ ਨਹੀਂ ਤੁਹਾਡਾ ਨਹੀਂ ਅਪਲਾਈ ਕੀਤਾ ਹੋਇਆ ਹਜੇ ਥੋੜਾ ਟਾਈਮ ਲੱਗਣਾ ਹੈਗਾ ਵਾ ਕੋਈ ਗੱਲ ਨਹੀਂ ਜਦੋਂ ਬਣ ਜਾਏਗਾ ਉਦੋਂ ਜਾ ਕੀ ਕੰਮ ਕਰ ਕਰਦੇ ਤੁਸੀਂ ਮੈਂ ਸੋਸ਼ਲ ਵਰਕਰ ਹੈਗੀ ਆ ਮੈਂ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਦੀ ਚੇਅਰਪਰਸਨ ਹੈਗੀ ਆ ਮੇਰੇ ਕੋਲ 200 ਦੇ ਕਰੀਬ ਉਹ ਬੱਚੀਆਂ ਪੜ੍ਹਦੀਆਂ ਨੇ ਜਿਨ੍ਹਾਂ ਦੇ ਮਾਤਾ ਜਾਂ ਪਿਤਾ ਦੀ ਡੈਥ ਹੋ ਗਈ ਆ ਬੱਚੇ ਮੇਰੇ ਕੋਲ ਪੜ੍ਹ ਰਹੀ ਆ ਅੱਛਾ ਕਿੱਥੇ ਕਿ ਅੰਮ੍ਰਿਤਸਰ ਇਹੋ ਇਹ ਅੰਮ੍ਰਿਤਸਰ ਸੁਲਤਾਨਵਿੰਡ ਪਿੰਡ ਦੇ ਵਿੱਚ ਪੈਂਦਾ ਜੀ ਅੱਛਾ ਕੀ ਇੰਸਟੀਟਿਊਸ਼ਨ ਦਾ ਨਾਮ ਕੀ ਦੁਆਰਾ ਇੱਕ ਵਾਰ ਬੋਲੋ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਅੱਛਾ ਇਹਦੇ ਵਿੱਚ ਗਰੀਬ ਬੱਚੀਆਂ ਨੂੰ ਤੁਸੀਂ ਨਹੀਂ ਜਿਹੜੀਆਂ ਬੱਚਿਆਂ ਦੇ ਮਾਤਾ ਜਾਂ ਪਿਤਾ ਦੀ ਡੈਥ ਹੋ ਗਈ ਆ ਜਾਂ ਕੁਝ ਮੇਰੇ ਕੋਲ ਛੋਟੀਆਂ ਬੱਚੀਆਂ ਨੇਗੀਆਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਮਾਪਿਆਂ ਨੇ ਤਿਆਗ ਦਿੱਤਾ ਹੈ ਜਿਹੜੇ ਕਹਿੰਦੇ ਕਿ ਸਾਨੂੰ ਤਾਂ ਲੜਕਾ ਚਾਹੀਦਾ ਸੀ ਸਾਡੇ ਕਦੇ ਲੜਕੀ ਪੈਦਾ ਹੋ ਗਈ ਆ ਉਹ ਕੁਝ ਛੋਟੀਆਂ ਛੋਟੀਆਂ ਬੱਚੀਆਂ ਵੀ ਜਿਹੜੀਆਂ ਭਰੂਣ ਹੱਤਿਆ ਤੋਂ ਬਚਾਈਆਂ ਹੋਈਆਂ ਨੇ ਉਹ ਬੱਚੀਆਂ ਨੇ ਮੇਰੇ ਕੋਲ ਇਹ ਵੀ ਦੋ ਬੱਚੀਆਂ ਜਿਹੜੀਆਂ ਮੇਰੇ ਐਨ ਜੀ ਓ ਦੀ ਬੱਚੀਆਂ ਨੇ ਓਹੋ ਇਹ ਵੀ ਕਿੰਨੀਆਂ ਪਿਆਰੀਆਂ ਬੱਚੀਆਂ ਦੋਨੋਂ ਹੀ ਹਾਂ ਮੇਰੀਆਂ ਸਾਰੀਆਂ ਬੱਚੀਆਂ ਬਹੁਤ ਪਿਆਰੀਆਂ ਨੇ ਤੁਸੀਂ ਆਓ ਕਿਤੇ ਤੁਹਾਨੂੰ ਸਮਾਂ ਲੱਗੇਗਾ ਮੈਂ ਤੁਹਾਡਾ ਨੰਬਰ ਲੈਣਾ ਮੈਂ ਕਿਤੇ ਆਉਣਾ ਮੇਰੀਆਂ ਬੱਚੀਆਂ ਡਾਕਟਰ ਇੰਜੀਨੀਅਰ ਵਕੀਲ ਬਣ ਰਹੀਆਂ ਨੇਗੀਆਂ ਔਰ ਹਰ ਐਜੂਕੇਸ਼ਨ ਲੈ ਰਹੀਆਂ ਨੇ ਤੁਸੀਂ ਤਾਂ ਬੜੇ ਕੰਮ ਦੇ ਫਿਰ ਨਿਕਲੇ ਹੈਗੇ ਹੈ ਵਾਹਿਗੁਰੂ ਕਿਰਪਾ ਕਰੇ ਵੈਰੀ ਗੁੱਡ ਕਿੰਨੀ ਦੇਰ ਤੋਂ ਮੈਡਮ ਇਹ ਚਲਾ ਰਹੇ ਹੋ ਮੈਨੂੰ 21 ਸਾਲ ਹੋ ਗਿਆ ਜੀ 21 ਸਾਲ ਇਹਨਾਂ ਬੱਚਿਆਂ ਦੀ ਬੱਚੇ ਤੁਹਾਡਾ ਨਾਂ ਕੀ ਆ ਸਿਮਰਜੀਤ ਕੌਰ ਅੱਛਾ ਇਹਨਾਂ ਦੀ ਕੀ ਪ੍ਰੋਬਲਮ ਸੀ ਕਿਉਂ ਆਈ ਤੁਹਾਡੇ ਕੋਲ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਸੀ ਜਦੋਂ ਮੈਂ ਛੋਟੀ ਸੀ ਤੇ ਇਸ ਕਰਕੇ ਮੈਨੂੰ ਇੱਥੇ ਆਉਣਾ ਪੜ੍ਹਾਈ ਨਹੀਂ ਸੀ ਇੰਨਾ ਹੁੰਦੀ ਪੂਰੀ ਅੱਛਾ ਅੱਛਾ ਹੁਣ ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਹੋ ਪਲੱਸ 2 ਸ਼ਾਬ ਖੁਸ਼ ਹੋ ਹਾਂਜੀ ਬਹੁਤ ਹਾਂ ਤੂੰ ਬੱਚੇ ਮੇਰਾ ਨਾਮ ਸਿਮਰਨਜੀਤ ਕੌਰ ਹੈ ਘਰਦਿਆਂ ਕੋਲ ਮੇਰੀ ਮਤਲਬ ਸਟੱਡੀ ਨਹੀਂ ਖਰਚਾ ਨਹੀਂ ਸੀ ਇਸ ਕਰਕੇ ਮੈਨੂੰ ਇਸ ਐਨ ਜੀ ਓ 'ਚ ਆਉਣਾ ਪਿਆ ਅਤੇ ਮੇਰੀ ਆਂਟੀ ਨੇ ਪੂਰੀ ਪੂਰੀ ਪੜ੍ਹਾਈ 'ਚ ਹੈਲਪ ਕੀਤੀ ਹੈ ਅੱਛਾ ਮੈਂ +2 ਕਲਾਸ ਵਿੱਚ ਪੜ੍ਹਦੀ ਹਾਂ +2 ਕਿਹੜਾ ਕਿਹੜਾ ਸਟ੍ਰੀਮ ਰੱਖਿਆ ਮੈਡੀਕਲ ਇਕਨੋਮਿਕਸ ਮੈਂ ਆਰਟਸ ਰੱਖਿਆ ਹੈ ਬਿਕੋਜ਼ ਮੈਂ BA LLB ਕਰਕੇ ਵਕੀਲ ਬਣਨਾ ਓਹ ਵਕੀਲ ਬਣਨਾ ਹੈਗਾ ਵਕੀਲ ਕਿਉਂ ਬਣਨਾ ਜੱਜ ਬਣ ਤੂੰ ਹੈ ਪਹਿਲਾਂ ਵਕੀਲ ਬਣਨਾ ਹੈ ਚਲੋ ਖੁਸ਼ ਹੈ ਉੱਥੇ ਤੂੰ ਹਾਂਜੀ ਬਹੁਤ ਓਕੇ ਓਕੇ ਥੈਂਕ ਯੂ ਇੱਕ ਪਾਸੇ ਮੈਡਮ ਇਹ ਪੰਜਾਬ ਦੇ ਲੋਕ ਗੁਰੂ ਨਾਨਕ ਨੂੰ ਆਪਣੇ ਕਹਿੰਦੇ ਆ ਵੀ ਅਸੀਂ ਸਿੱਖ ਹਾਂ ਗੁਰੂ ਨਾਨਕ ਨੇ ਤਾਂ ਇਸਤਰੀ ਜਾਤੀ ਨੂੰ ਬਹੁਤ ਮਤਲਬ ਉੱਚਾ ਉਹਨਾਂ ਨੇ ਦਰਸਾਇਆ ਹੈਗਾ ਇਹ ਲੋਕ ਨਸ਼ੇ ਜਾਂ ਇਹ ਜਿਹੜੀਆਂ ਹੈਗੀਆਂ ਭਰੂਣ ਹੱਤਿਆ ਜਾਂ ਲੜਕੀਆਂ ਨਾਲ ਕਿਉਂ ਅਤਿਆਚਾਰ ਕਰਦੇ ਤੁਹਾਡੇ ਹਿਸਾਬ ਨਾਲ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਔਰਤ ਨੂੰ ਕਿਹਾ ਹੈਗਾ ਸੋ ਕਿਉਂ ਮੰਦਾ ਆਖੀਏ ਜਨੇ ਰਾਜਾ ਹਾਂਜੀ ਔਰਤ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਹੈਗਾ ਵਾ ਜਿਨ੍ਹਾਂ ਦਿਨਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਔਰਤ ਨੂੰ ਜਿਹੜਾ ਸੀਗਾ ਨਾਲ ਹੀ ਸਤੀ ਕਰ ਦਿੱਤਾ ਜਾਂਦਾ ਸੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਗੁਰੂ ਅਮਰਦਾਸ ਜੀ ਨੇ ਪ੍ਰਥਾ ਬੰਦ ਕਰਾਈ ਹੈ ਹਾਂਜੀ ਉਹ ਵੀ ਗੁਰੂ ਨਾਨਕ ਪਾਤਸ਼ਾਹ ਸੀਗੇ ਹਾਂਜੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈਗਾ ਹਾਂਜੀ 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 ਗੁਰੂ ਨਾਨਕ ਪਾਤਸ਼ਾਹ ਨੇ ਤੇ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈਗਾ ਵਾ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਜਿਹੜੇ ਵੀ ਲੋਕ ਧੀਆਂ ਨੂੰ ਕੁੱਖਾਂ ਵਿੱਚ ਖਤਮ ਕਰਨ ਵਾਲੇ ਉਹਨਾਂ ਲੋਕਾਂ ਦੇ ਜਿਹੜੇ 52 ਹੁਕਮਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਇੱਕ ਇਹ ਵੀ ਹੁਕਮ ਦਿੱਤਾ ਹੈਗਾ ਵਾ ਵੀ ਕੁੜੀ ਮਾਰ ਤੇ ਨੜੀ ਮਾਰ ਦੇ ਨਾਲ ਜਿਹੜਾ ਮੇਲ ਜੋਲ ਨਹੀਂ ਰੱਖਣਾ ਹੈਗਾ ਔਰ ਅੱਜ ਉਹੀ ਸਮਾਂ ਬੇਸ਼ੱਕ ਮੇਰਾ ਖਿਆਲ ਹੈ ਕਿ ਉਹ ਪਾਤਸ਼ਾਹ ਦੇ ਸਮੇਂ ਵਿੱਚ ਧੀਆਂ ਨੂੰ ਕੁੜੀਆਂ ਨੂੰ ਕੁੱਖ ਵਿੱਚ ਨਹੀਂ ਸੀ ਖਤਮ ਕੀਤਾ ਜਾਂਦਾ ਪਰ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਣ ਵਾਲੇ ਸਮੇਂ ਜਿਹੜੀਆਂ ਅੱਜ ਜਿਹੜੀ ਸਾਇੰਸ ਜਿਹੜੀਆਂ ਗੱਲਾਂ ਕਰ ਰਹੀ ਹੈਗੀ ਆ ਗੁਰੂ ਪਾਤਸ਼ਾਹ ਨੇ ਉਹ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਗੁਰੂ ਸਾਹਿਬ ਨੇ ਬਹੁਤ ਕੁਛ ਜਿਹੜਾ ਹੈਗਾ ਉਹ ਕਹਿ ਦਿੱਤਾ ਹੈਗਾ ਵਾ ਔਰ ਅੱਜ ਧੀਆਂ ਨੂੰ ਜਿਹੜਾ ਕੁੱਖਾਂ ਦੇ ਵਿੱਚ ਖਤਮ ਕੀਤਾ ਜਾ ਰਿਹਾ ਹੈਗਾ ਤਾਂ ਹੀ ਦੁਨੀਆ ਪਰੇਸ਼ਾਨ ਹੋ ਰਹੀ ਆ ਤਾਂ ਹੀ ਦੁੱਖਾਂ ਦੀ ਖਾਣ ਜਿਹੜਾ ਇਹ ਸੰਸਾਰ ਬਣਦਾ ਜਾ ਰਿਹਾ ਹੈ ਜੇ ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਇਹ ਜ਼ਿੰਦਗੀ ਜੀਣ ਤਾਂ ਫਿਰ ਸ਼ਾਇਦ ਇੰਨੀ ਇਹ ਜਿਹੜੇ ਲੋਕ ਇਹ ਖਵਾਰ ਨਹੀਂ ਹੁੰਦੇ ਹੈਗੇ ਚਲੋ ਬਹੁਤ ਅੱਛਾ ਇੱਕ ਤੁਸੀਂ ਅਖੀਰ ਵਿੱਚ ਪੰਜਾਬ ਭਾਰਤ ਦੇ ਲੋਕੀ ਤੇ ਪਾਕਿਸਤਾਨ ਦੇ ਲੋਕਾਂ ਨੂੰ ਕੁਝ ਸੁਨੇਹਾ ਦਿਓ ਕੋਰੀਡੋਰ ਸੰਬੰਧੀ ਬਿਲਕੁਲ ਜੀ ਇਹ ਬਹੁਤ ਹੀ ਵਧੀਆ ਹੈਗਾ ਵਾ ਇਹਦੇ ਨਾਲ ਜਿਹੜੀ ਹੈਗੀ ਆ ਦੋਨਾਂ ਦੇਸ਼ਾਂ ਵਿੱਚ ਨੇੜਤਾ ਵੀ ਵਧਣੀ ਚਾਹੀਦੀ ਲੋਕਾਂ ਵਿੱਚ ਭਾਈਚਾਰਕ ਸਾਂਝ ਵੀ ਵਧੇਗੀ ਜਦਕਿ ਲੋਕਾਂ ਦੇ ਮਨਾਂ ਵਿੱਚ ਤਾਂ ਪਹਿਲਾਂ ਨਹੀਂ ਇਹ ਜੋ ਵੀ ਸਿਆਸਤ ਹੈਗੀ ਆ ਇਹ ਸਾਰੀ ਪੋਲੀਟੀਸ਼ਨਾਂ ਦੀ ਹੈਗੀ ਆ ਲੋਕ ਤਾਂ ਦੋਨੇ ਸਾਈਡਾਂ ਦੇ ਜਿਹੜੇ ਹੈਗੇ ਪਾਕਿਸਤਾਨ ਦੇ ਲੋਕ ਜਾਂ ਹਿੰਦੁਸਤਾਨ ਦੇ ਲੋਕ ਜਾਂ ਪੰਜਾਬ ਦੇ ਦੋਨਾਂ ਪੰਜਾਬਾਂ ਦੇ ਲੋਕ ਜਿਹੜੇ ਹੈਗੇ ਆ ਇਹ ਆਲਰੇਡੀ ਆਪਣੇ ਆਪ ਨੂੰ ਜਿਹੜੇ ਹੈਗੇ ਆ ਮਿਲਣਾ ਚਾਹੁੰਦੇ ਆ ਮਿਲਵਰਤਨ ਰੱਖਦੇ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਆ ਭਾਈਚਾਰਕ ਸਾਂਝ ਇਹਨਾਂ ਦੀਆਂ ਹੈਗੀਆਂ ਵੀ ਨੇਗੀਆਂ
ਔਰ ਇਹ ਜਿੰਨੀ ਵੀ ਹੈਗੀ ਆ ਉਹ ਤੇ ਸਾਰੇ ਪੋਲੀਟੀਸ਼ਨਾਂ ਦੀਆਂ ਹੀ ਗੱਲਾਂ ਨੇਗੀਆਂ, ਜਿਹੜੇ ਲੋਕ ਆ ਉਹ ਤੇ ਸਾਰੇ ਰਲ ਮਿਲ ਕੇ ਹੀ ਰਹਿਣਾ ਚਾਹੁੰਦੇ ਹੈਗੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਕੰਗੇ ਬਾਰੇ ਕੀ ਵਿਚਾਰ ਆ? ਬਹੁਤ ਖੁਸ਼ੀ ਆ ਜੀ, ਸੰਗਤਾਂ ਜਾਇਆ ਕਰਨਗੀਆਂ, ਆਇਆ ਕਰਨਗੀਆਂ, ਗੁਰੂ ਦੇ ਦਰਸ਼ਨ ਕਰਿਆ ਕਰਨਗੀਆਂ, ਮਰਾਦਾ ਆਪਣੀਆਂ ਪੂਰੀਆਂ ਕਰਿਆ ਕਰਨਗੀਆਂ। ਕੀ ਨਾਂ ਕੀ ਤੁਹਾਡਾ ਮਾਤਾ ਜੀ? ਗੁਰਦੀਪ ਕੌਰ ਜੀ। ਕਿਹੜਾ ਪਿੰਡ ਸ਼ਹਿਰ ਆ? ਗੁਰਦੇਰਾ ਪਠਾਣਾ। ਵਾਹ ਜੀ ਵਾਹ। ਹਾਂਜੀ, ਤੁਹਾਡਾ ਨਾਂ ਕੀ ਆ? ਹਾਂ, ਮੇਰਾ ਨਾਂ ਜਸਵੀਰ ਕੌਰ ਭਾਈ। ਅੱਛਾ, ਤੇ ਕਰਤਾਰਪੁਰ ਲਾਂਘੇ ਬਾਰੇ ਕੀ ਵਿਚਾਰ ਤੁਹਾਡੇ? ਕਰਤਾਰਪੁਰ ਲਾਂਘੇ ਬਾਰੇ ਭਾਈ ਬਹੁਤ ਖੁਸ਼ ਹਾਂ ਅਸੀਂ, ਕਰਤਾਰਪੁਰ ਸਾਹਿਬ ਲਾਂਘਾ ਖੁਸ਼, ਸੰਗਤਾਂ ਆਉਣ ਜਾਣ, ਆਸਾ ਮਰਾਦਾਂ ਪੂਰੀਆਂ ਹੋਣ, ਹਰ ਇੱਕ ਦੀਆਂ ਮੱਥਾ ਟੇਕਣ ਗੁਰੂ ਘਰ ਜਾ ਕੇ, ਤੇ ਬਹੁਤ ਖੁਸ਼ ਹਾਂ ਜੀ। ਬਹੁਤ ਅੱਛੀ। ਕਦੀ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਜੇ? ਨਹੀਂ ਜੀ, ਅਜੇ ਤਾਂ ਨਹੀਂ ਮਿਲਿਆ, ਅਸੀਂ ਜਾਂਦੇ ਖੁੱਲ੍ਹ ਜਾਏ ਤਾਂ ਮਹਾਰਾਜ ਮੌਕਾ ਦੇਵੇ ਪਰਮਾਤਮਾ। ਚਲੋ ਬਹੁਤ ਮਿਹਰਬਾਨੀ, ਧੰਨਵਾਦ। ਹਾਂਜੀ ਬੀਬਾ ਜੀ, ਕੀ ਨਾਂ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਪ੍ਰੀਤ ਕੌਰ ਆ। ਵੈਰੀ ਗੁੱਡ, ਬਹੁਤ। ਕਿੰਨੀ ਕਿਹੜੀ ਕਲਾਸ ਪੜ੍ਹਾਈ ਕਰਦੇ ਹੋ, ਕੀ ਕਰਦੇ ਹੋ? ਹਾਂਜੀ, ਮੈਂ ਮਾਸਟਰਸ ਕਰ ਰਹੀ ਹਾਂ, ਐਮਐਸਸੀ। ਵਾਹ ਵਾਹ, ਐਮਐਸਸੀ ਕਾਹਦੀ ਕਰਦੇ ਹੋ? ਮੈਂ ਮੈਥਸ ਵਿੱਚ ਐਮਐਸਸੀ ਕਰ ਰਹੀ ਹਾਂ। ਵਾਹ ਵਾਹ, ਇਹ ਤੁਹਾਨੂੰ ਇਸ ਬਾਣੇ ਵਿੱਚ ਦੇਖ ਕੇ ਬਹੁਤ ਖੁਸ਼ੀ ਹੋਈ। ਮੈਨੂੰ ਇਹ ਗੱਲ ਪਹਿਲਾਂ ਤਾਂ ਇਹ ਦੱਸੋ ਵੀ ਜਦੋਂ ਇਸ ਬਾਣੇ ਵਿੱਚ ਪੜ੍ਹਨਾ ਹੁੰਦਾ ਕੋਈ, ਆਮ ਤੌਰ ਤੇ ਲੜਕੀਆਂ ਫੀਲ ਕਰਦੀਆਂ ਮੈਨੂੰ ਕੋਈ ਰੁਕਾਵਟ ਆ, ਕੋਈ ਇਦਾਂ ਦੀ ਰੁਕਾਵਟ ਤੇ ਨਹੀਂ ਆਉਂਦੀ? ਨਹੀਂ ਨਹੀਂ, ਇਦਾਂ ਤਾਂ ਕੁਝ ਨਹੀਂ ਹੈ। ਸਾਰੇ ਫਰੈਂਡਸ ਵਗੈਰਾ ਸਾਰੇ ਕੋਆਪਰੇਟਿਵ ਹੁੰਦੇ ਆ। ਅੱਛਾ ਅੱਛਾ। ਹਾਂਜੀ, ਸਾਰੇ ਰਿਸਪੈਕਟ ਕਰਦੇ ਆ। ਅੱਛਾ, ਕੋਈ ਮਜ਼ਾਕ ਦਾ ਪਾਤਰ ਨਹੀਂ ਬਣਦਾ ਹੈਗਾ? ਬਹੁਤ ਅੱਛੀ ਗੱਲ। ਤੁਸੀਂ ਐਮਐਸਸੀ ਕਰ ਰਹੇ ਹੋ, ਤੇ ਕਰਤਾਰਪੁਰ ਲਾਂਘੇ ਬਾਰੇ ਕੀ ਵਿਚਾਰ ਹੈ ਤੁਹਾਡਾ? ਬਹੁਤ ਵਧੀਆ ਉਪਰਾਲਾ ਹੈ। ਹਾਂਜੀ, ਤੇ ਜੇ ਜਲਦੀ ਤੋਂ ਜਲਦੀ ਬਣ ਜਾਵੇ ਤੇ ਦੋਨਾਂ ਕੰਟਰੀਜ਼ ਦੇ ਵਾਸਤੇ ਬਹੁਤ ਵਧੀਆ ਗੱਲ ਆ, ਕਿਉਂਕਿ ਐਕਚੁਅਲੀ ਬੜਾ ਵਧੀਆ ਟ੍ਰੇਡ ਹੋਏਗਾ ਦੋਨਾਂ ਕੰਟਰੀਜ਼ ਵਾਸਤੇ, ਤੇ ਉਹਨਾਂ ਵਾਸਤੇ ਵੀ ਸਾਡੀ ਇੰਡੀਆ ਤੇ ਪਾਕਿਸਤਾਨ ਦੋਨੋਂ ਟੂਰਿਸਟ ਪਲੇਸ ਵਧੀਆ ਬਣਨਗੇ, ਤੇ ਲੋਕ ਵੀ ਐਕਚੁਅਲੀ ਇਹਦੇ ਵਿੱਚ ਪੋਲੀਟੀਸ਼ੀਅਨਸ ਨੂੰ ਵੀ ਥੋੜ੍ਹਾ ਸਾਥ ਦੇਣਾ ਚਾਹੀਦਾ। ਤੁਹਾਡਾ ਕੀ ਨਾਂ ਆ? ਕਿਹੜਾ ਪਿੰਡ ਸ਼ਹਿਰ ਤੁਹਾਡਾ? ਯੂਪੀ ਤੋਂ ਆਏ ਹੋ, ਬੜੀ ਦੂਰ ਤੋਂ ਆਏ ਹੋ। ਵੈਰੀ ਗੁੱਡ ਵੈਰੀ ਗੁੱਡ। ਦਰਸ਼ਨ ਕਰਨ ਆਏ ਹੋ? ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ? ਨਹੀਂ ਅਜੇ ਨਹੀਂ ਕੀਤੇ। ਅਜੇ ਅਜੇ ਆਏ ਹੋ, ਬਾਰਡਰ ਤੇ ਆਏ ਹੋ। ਅੱਛਾ, ਕਰਤਾਰਪੁਰ ਲਾਂਘੇ ਬਾਰੇ ਕੀ ਤੁਹਾਡੇ ਵਿਚਾਰ ਹੈ ਜਿਹੜਾ ਹੁਣ ਆਹ ਬੜੀ ਤੇਜ਼ੀ ਨਾਲ ਜਿਵੇਂ ਦਰਸ਼ਕੋ ਤੁਸੀਂ? ਬਹੁਤ ਖੁਸ਼ੀ ਹੋ ਰਹੀ ਹੈ। ਲਾਂਘਾ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ, ਜਿਹੜਾ ਸਾਨੂੰ ਲਾਂਘਾ ਖੋਲਣ ਵਾਸਤੇ ਉਹਨਾਂ ਇਜਾਜ਼ਤ ਦਿੱਤੀ। ਤੁਹਾਡਾ ਨਾਂ ਕੀ ਮਾਤਾ ਜੀ? ਮੇਰਾ ਕੁਲਵਿੰਦਰ ਕੌਰ। ਕਿੱਥੋਂ ਆਏ ਤੁਸੀਂ? ਅਸੀਂ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ। ਅੱਛਾ, ਡੇਰਾ ਬਾਬਾ ਨਾਨਕ ਦੇ। ਮੌਜਾ ਲੱਗ ਗਈਆਂ ਡੇਰਾ ਬਾਬਾ ਨਾਨਕ ਵਾਲਿਆਂ ਦੀਆਂ, ਇਹ ਤਾਂ ਇੰਟਰਨੈਸ਼ਨਲ ਲੈਵਲ ਦਾ ਸ਼ਹਿਰ ਬਣ ਗਿਆ ਹੁਣ। ਕਿਰਪਾ ਹੋ ਗਈ ਜੀ, ਇਹ ਸ਼ਹਿਰ ਜਿਹੜਾ ਕਿਸੇ ਗਿਣਤੀ ਵਿੱਚ ਨਹੀਂ ਸੀ, ਹੁਣ ਜਿਹੜਾ ਵਰਲਡ ਲੈਵਲ ਤੇ ਇਹਦਾ ਨਾਮ ਵਰਲਡ ਲੈਵਲ ਤੇ ਬਾਬਾ ਨਾਨਕ, ਬਾਬੇ ਨਾਨਕ ਦਾ ਆਸ਼ੀਰਵਾਦ ਮਿਲ ਗਿਆ ਹੈਗਾ। ਬਹੁਤ ਅੱਛੀ ਗੱਲ। ਤੁਹਾਡਾ ਕੀ ਨਾਮ ਮੈਡਮ? ਸਤਿੰਦਰ ਕੌਰ। ਇਹ ਕਿੱਥੋਂ ਦੇ ਰਹਿਣੇ ਵਾਲੇ? ਯੂਪੀ ਤੋਂ। ਪਹਿਲੀ ਵਾਰੀ ਆਏ ਇੱਧਰ? ਨਹੀਂ, ਪਹਿਲਾਂ ਵੀ ਆਏ ਸੀ, ਵੇਖ ਕੇ ਗਏ ਸੀ। ਪਹਿਲਾਂ ਵੀ ਆਏ। ਲਾਂਘੇ ਬਾਰੇ ਕੀ ਵਿਚਾਰ ਹੈ ਤੁਹਾਡੇ? ਬਹੁਤ ਵਧੀਆ ਗੱਲ ਆ, ਸਾਰੀ ਦੁਨੀਆ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਹੁਤ ਅੱਛੀ ਗੱਲ। ਹਾਂਜੀ, ਤੁਸੀਂ ਦੱਸੋ ਜੀ ਮੈਡਮ, ਫਿਰ ਕਿਵੇਂ ਯੂਪੀ ਵਾਲੇ ਖੁਸ਼ ਹੋਣਗੇ ਸਾਰੇ? ਹਾਂਜੀ ਬਿਲਕੁਲ ਖੁਸ਼ ਹੋਣਗੇ, ਹੋਣਗੇ, ਕਿਉਂ ਨਹੀਂ। ਹਾਂ, ਬਹੁਤ ਅੱਛੀ ਗੱਲ। ਹਾਂਜੀ, ਤੁਹਾਡਾ ਨਾਂ ਕੀ ਆ? ਹਾਂਜੀ, ਮੇਰਾ ਨਾਮ ਬਲਜਿੰਦਰ ਕੌਰ ਹੈ। ਕਿੱਥੋਂ ਆਏ ਹੋ ਤੁਸੀਂ? ਯੂਪੀ ਤੋਂ ਆਏ ਆ। ਵਾਹ ਵਾਹ, ਯੂਪੀ ਕਿਹੜੀ ਜਗ੍ਹਾ ਰਹਿੰਦੇ ਹੋ? ਹਾਂਜੀ, ਅਸੀਂ ਜ਼ਿਲ੍ਹਾ ਪੀਲੀਭੀਤ ਵਿੱਚ। ਪੀਲੀਭੀਤ? ਅੱਛਾ, ਪਿੰਡ ਆ ਕੋਈ ਉੱਥੇ ਜਾਂ ਪੀਲੀਭੀਤ? ਪਿੰਡ ਆ। ਅੱਛਾ ਅੱਛਾ, ਉਹ ਵੀ ਹੁਣ ਪੀਲੀਭੀਤ ਵੀ ਪੂਰਾ ਪੰਜਾਬ ਹੀ ਜਲੰਧਰ ਵਰਗਾ ਸ਼ਹਿਰ ਆ ਨਾ, ਜਲੰਧਰ ਅੰਮ੍ਰਿਤਸਰ ਵਰਗਾ ਹੀ। ਬਹੁਤ ਸੋਹਣਾ ਯੂਪੀ ਵੀ ਹੋ ਗਿਆ ਹੁਣ। ਹਾਂਜੀ, ਕਿੰਨੀ ਕੁ ਜ਼ਮੀਨ ਹੈ ਉੱਥੇ ਤੁਹਾਡੀ? ਸਾਡੇ ਕੋਲ ਹੈਗੀ ਆ 15 ਏਕੜ। 15 ਏਕੜ ਹੈ? ਬਹੁਤ ਅੱਛੀ। ਕਦੋਂ ਕਦੋਂ ਚਲ ਗਏ ਸੀ ਤੁਸੀਂ? ਹਾਂਜੀ, ਕਦੋਂ, ਕਿੰਨੀ ਕੁ ਦੇਰ ਹੋ ਗਈ ਉੱਧਰ ਗਏ ਸੀ? ਸਾਡੇ ਬਜ਼ੁਰਗ ਹੀ ਗਏ। ਅੱਛਾ, ਬਜ਼ੁਰਗ ਹੀ ਗਏ ਸੀ, ਫਿਰ ਮਗਰੋਂ ਤੁਸੀਂ ਵੀ ਚੱਲ ਗਏ। ਕਰਤਾਰਪੁਰ ਲਾਂਘੇ ਬਾਰੇ ਕੀ ਵਿਚਾਰ ਤੁਹਾਡੇ? ਬਹੁਤ ਸੋਹਣੀ ਵਿਚਾਰ ਆ, ਜਿਹੜਾ ਮਹਾਰਾਜ ਦੇ ਦਰਸ਼ਨ ਕਰਨ ਨੂੰ ਮਿਲਨੇ ਆ। ਅੱਛਾ, ਬਹੁਤ ਵਧੀਆ ਵਿਚਾਰ ਆ। ਚਲੋ ਚਲੋ, ਬਹੁਤ ਖੁਸ਼ੀ ਹੋਈ, ਬਹੁਤ ਖੁਸ਼ੀ ਹੋਈ, ਬਹੁਤ ਖੁਸ਼ੀ। ਗੁਰੂ ਨਾਨਕ ਦੇਵ ਜੀ ਨੇ ਸਾਨੂੰ 19 ਰਾਗਾਂ ਦੇ ਵਿੱਚ 974 ਸ਼ਬਦ ਲਿਖ ਕੇ ਸਮਝਾਇਆ ਸੀ ਕਿ ਚੰਗੇ ਮਨੁੱਖ ਦਾ ਕੀ ਆਦਰਸ਼ ਹੈ, ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਨੇ ਤੇ ਕਿਸ ਤਰ੍ਹਾਂ ਚੱਲਣਾ ਚਾਹੀਦਾ। ਉਹਨਾਂ ਨੇ ਰਾਜਨੀਤੀ ਬਾਰੇ ਵੀ ਇਸ਼ਾਰਾ ਕੀਤਾ ਸੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਤੇ ਅੱਜ ਰਾਜਨੀਤੀ ਦਾ ਉਹੀ ਹਸ਼ਰ ਹੋਇਆ ਹੋਇਆ ਅਸੀਂ ਦੇਖਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਹਰ ਇੱਕ ਖੇਤਰ ਦੇ ਵਾਸਤੇ ਸਾਨੂੰ ਸਿੱਖਿਆ ਦਿੱਤੀ, ਚਾਹੇ ਉਹ ਧਰਮ ਸੀ, ਚਾਹੇ ਉਹ ਰਾਜ ਸੀ, ਪਿੜ ਸੀ, ਚਾਹੇ ਆਰਥਿਕ ਮਸਲੇ ਸਨ ਤੇ ਚਾਹੇ ਸਾਡਾ ਸਮਾਜਿਕ ਮਸਲਾ ਸੀ, ਪਰ ਅਸੀਂ ਕਿਸੇ ਵੀ ਪਾਸੇ ਗੁਰੂ ਨਾਨਕ ਦੀ ਨਹੀਂ ਮੰਨੀ। ਗੁਰੂ ਨਾਨਕ ਨੂੰ ਗੁਰੂ ਜ਼ਰੂਰ ਮੰਨ ਲਿਆ ਤੇ ਸਿਰਫ ਗੁਰੂ ਨਾਨਕ ਦੇ ਨਾਂ ਨੂੰ ਗੁਰੂ ਮੰਨ ਕੇ ਅਸੀਂ ਸਿਰਫ ਉਸ ਦੇ ਹੋਣ ਦੀ ਗਵਾਹੀ ਭਰ ਦਿੱਤੀ ਕਿ ਅਸੀਂ ਉਸ ਦੇ ਹਾਂ, ਪਰ ਅਸੀਂ ਉਸ ਦੇ ਨਹੀਂ ਹੋਏ।
ਅਸੀਂ ਉਸਦੇ ਉਸ ਦਿਨ ਹੋਵਾਂਗੇ ਜਦੋਂ ਅਸੀਂ ਉਸਨੂੰ ਉਸਦੀ ਵਿਚਾਰਧਾਰਾ ਨੂੰ ਮੰਨਾਂਗੇ। ਗੁਰੂ ਨਾਨਕ ਦੇਵ ਜੀ ਨੇ ਤਾਂ ਗਗਨਮੈ ਥਾਲ ਰਵਚਨ ਦੀਪ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨਾਨ ਲੋ ਪਵਨ ਚਵਰੋ ਕਰੇ ਫੁੱਲ ਸਗਲ ਬੰਡਾਏ ਫੁੱਲਾਂ ਤੇ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ। ਤਾਂ ਫਿਰ ਗੁਰੂ ਨਾਨਕ ਦੇਵ ਜੀ ਹਮੇਸ਼ਾ ਗਰੀਬਾਂ ਦੇ ਨਾਲ ਰਹਿਣ ਦੀ ਗੱਲ ਕਰਦੇ ਹਨ, ਨੀਵਿਆਂ ਦੇ ਨਾਲ ਰਹਿਣ ਦੀ ਗੱਲ ਕਰਦੇ ਹਨ। ਭਾਈ ਲਾਲੋ ਦੀ ਸੰਗਤ ਪਿਆਰੀ ਹੈ ਉਹਨਾਂ ਨੂੰ, ਕਿਤੇ ਵੀ ਉਹਨਾਂ ਨੇ ਮਲਕ ਭਾਗੋ ਦੀ ਯਾਰੀ ਨੂੰ ਨਹੀਂ ਕਬੂਲਿਆ। ਤਾਂ ਹੀ ਉਹਨਾਂ ਨੇ ਕਿਹਾ ਹੈ, ਨੀਚਾ ਅੰਦਰ ਨੀਚ ਜਾਤ ਨੀਚੀ ਹੂਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕੇ ਰੀਸ। ਪਰ ਅੱਜ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਉਲਟ ਵੱਡਿਆਂ ਨਾਲ ਯਾਰੀ ਪਾਉਂਦੇ ਹਾਂ, ਵੱਡਿਆਂ ਨਾਲ ਰਿਸ਼ਤੇਦਾਰੀ ਪਾਉਂਦੇ ਹਾਂ, ਤਾਂ ਕਿ ਉਹਨਾਂ ਦੀ ਜਿਹੜੀ ਪੱਲ ਬਣੀ ਹੋਈ ਹੈ ਉਸ ਦਾ ਕਿਤੇ ਨਾ ਕਿਤੇ ਲਾਹਾ ਸਾਨੂੰ ਵੀ ਮਿਲ ਜਾਏ। ਕੋਈ ਵੀ ਮਾੜੇ ਨਾਲ ਦੋਸਤੀ ਰਿਸ਼ਤੇਦਾਰੀ ਨਹੀਂ ਪਾਉਣਾ ਚਾਹੁੰਦਾ। ਤਾਂ ਇੱਥੇ ਵੀ ਅਸੀਂ ਗੁਰੂ ਨਾਨਕ ਦੀ ਸਿੱਖਿਆ ਦੇ ਵਿਰੁੱਧ ਹੀ ਚੱਲ ਰਹੇ ਹਾਂ। ਗੁਰੂ ਜੀ ਨੇ ਕਿਹਾ ਹੈ, ਜੇਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੇਰਤ ਪੀਵੇ ਮਾਨਸਾ ਸੋ ਕਿਉਂ ਨਿਰਮਲ ਚੀਤ। ਪਰ ਅੱਜ ਦਾ ਜਿਹੜਾ ਮਨੁੱਖ ਹੈ ਉਹ ਆਪਣੇ ਤੋਂ ਨੀਵਿਆਂ ਦਾ ਖੂਨ ਨਿਚੋੜ ਕੇ ਕਮਾਈ ਕਰਨ ਨੂੰ ਬਿਹਤਰ ਸਮਝਦਾ। ਕਿ ਸਾਡੇ ਸਮਾਜ ਦੇ ਵਿੱਚ ਔਰਤ ਦੀ ਬਰਾਬਰ ਇੱਜ਼ਤ ਹੁੰਦੀ ਹੈ? ਕਿ ਉਸਨੂੰ ਸਨਮਾਨ ਦਾ ਦਰਜਾ ਦਿੱਤਾ ਜਾਂਦਾ ਹੈ? ਮੇਰੇ ਖਿਆਲ 'ਚ ਅਸੀਂ ਸਾਰੇ ਹੀ ਇਸ ਤੋਂ ਚੰਗੀ ਤਰ੍ਹਾਂ ਵਾਕਫ ਹਾਂ ਕਿ ਸਾਡੇ ਸਮਾਜ ਦੇ ਵਿੱਚ ਔਰਤ ਦੀ ਕੀ ਦੁਰਦਸ਼ਾ ਹੈ। ਗੁਰੂ ਨਾਨਕ ਦੇਵ ਜੀ ਵਿੱਦਿਆ ਦੇ ਬਾਰੇ 'ਚ ਕਹਿੰਦੇ ਨੇ, ਤ੍ਰਿਗ ਤਿਨਾਂ ਦਾ ਜੀਵਿਆ ਜੇ ਲਿਖ ਲਿਖ ਵੇਚੇ ਨਾ। ਸਿੱਖ ਧਰਮ ਦੇ ਵਿੱਚ ਗੁਰੂਆਂ ਦੇ ਨਾਂ ਤੇ ਚੱਲਣ ਵਾਲੀਆਂ ਵਿੱਦਿਅਕ ਸੰਸਥਾਵਾਂ ਦੇ ਵਿੱਚ ਹੀ ਕਰੋੜਾਂ ਦਾ ਕਾਰੋਬਾਰ ਹੋ ਰਿਹਾ ਹੈ। ਤਾਂ ਕੀ ਅਸੀਂ ਉਹਨਾਂ ਦੀ ਸਿੱਖਿਆ 'ਤੇ ਚੱਲ ਰਹੇ ਹਾਂ? ਕੀ ਅਸੀਂ ਲਿਖ ਲਿਖ ਕੇ ਨਾਮ ਨਹੀਂ ਵੇਚ ਰਹੇ? ਸਾਡੇ ਲਈ ਬੜੀ ਗਲਤ ਗੱਲ ਹੈ, ਬੜੀ ਅਸੀਂ ਬੇਅਦਬੀ ਕਰ ਰਹੇ ਹਾਂ ਗੁਰੂ ਦੀ ਸਿੱਖਿਆ ਦੀ, ਕਿ ਅਸੀਂ ਉਹਨਾਂ ਦੀ ਸਿੱਖਿਆ ਦੇ ਉਲਟ ਚੱਲ ਰਹੇ ਹਾਂ। ਸਮਾਜ ਦੇ ਵਿੱਚ ਜੇ ਵਪਾਰਕ ਨਜ਼ਰੀਏ ਨਾਲ ਗੁਰੂ ਜੀ ਨੇ ਵੇਖਿਆ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਵਸਤ ਸਮਝਾਣ ਕੇ ਤਾਂ ਕੀਚੇ ਵਪਾਰ। ਆਰਥਿਕ ਪੱਖ ਤੋਂ ਗੁਰੂ ਜੀ ਨੇ ਪਹਿਲਾਂ ਵਸਤ ਦੀ ਪਰਖ ਪੜਚੋਲ ਕਰਕੇ ਫਿਰ ਉਸ ਦਾ ਸੌਦਾ ਕਰਨ ਦੀ ਗੱਲ ਕੀਤੀ ਸੀ। ਲੇਕਿਨ ਅਸੀਂ ਤਾਂ ਸਿਰਫ ਤੇ ਸਿਰਫ ਨਫ਼ਾ ਹੀ ਵੇਖਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਤਰਕ ਤੇ ਚੱਲਣ ਦੀ ਸਿੱਖਿਆ ਦਿੱਤੀ, 22 ਸਾਲਾਂ ਦੇ ਵਿੱਚ ਉਹਨਾਂ ਨੇ 4 ਉਦਾਸੀਆਂ ਕੀਤੀਆਂ। 4 ਉਦਾਸੀਆਂ ਦੇ ਵਿੱਚ ਉਹਨਾਂ ਨੇ ਹਰ ਥਾਂ 'ਤੇ ਦਲੀਲ ਤਰਕ ਨੂੰ ਸਾਹਮਣੇ ਰੱਖਿਆ। ਸੋ ਅਸੀਂ ਵੀ ਉਸੇ ਤਰ੍ਹਾਂ ਦੇ ਦਲੀਲ ਤਰਕ ਨੂੰ ਸਾਹਮਣੇ ਰੱਖਦਿਆਂ ਹੋਇਆਂ ਕਰਮ ਕਾਂਡਾਂ ਤੋਂ ਦੂਰ ਹੋਈਏ ਅਤੇ ਆਪਣੇ ਸਿੱਖ ਧਰਮ ਨੂੰ ਵਿਸ਼ਵ ਵਿਆਪੀ ਪੱਧਰ 'ਤੇ ਜੋ ਫੈਲਣ ਦੇ ਸਮਰੱਥ ਹੈ ਉਸਨੂੰ ਉਸ ਪੱਧਰ ਤੱਕ ਲੈ ਕੇ ਜਾਈਏ। ਕਿਉਂਕਿ ਇੱਕ ਵਿਗਿਆਨਕ ਧਰਮ ਹੈ ਜਿਸ ਦੇ ਅੰਦਰ ਸਮਰੱਥਾ ਹੈ ਕਿ ਉਹ ਪੂਰੇ ਸੰਸਾਰ 'ਤੇ ਆਪਣਾ ਸਿੱਕਾ ਚਲਾ ਸਕਦਾ। ਸੋ ਆਓ ਅੱਜ ਇੱਕ ਪ੍ਰਣ ਕਰੀਏ ਕਿ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਦਿਲੋਂ ਆਪ ਵੀ ਅਪਣਾਈਏ ਅਤੇ ਦੁਨੀਆਂ ਦੇ ਸਾਹਮਣੇ ਵੀ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।